ਠੀਕ ਹੈ, ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਸਾਰੇ ਜਣੇ ਆ ਕਰਨਪੁਰ ਤੋਂ, ਦੀਦੀ ਹੁਣਾਂ ਦਾ ਬੁਟੀਕ ਹੈਗਾ ਫੈਸ਼ਨ ਹਟ ਬੁਟੀਕ, ਠੀਕ ਹੈ। ਅਸੀਂ ਸਾਰਿਆਂ ਨੇ ਐਗਜ਼ੀਬਿਸ਼ਨ ਇੱਕ ਸੋਚੀ ਹੈਗੀ ਹੈ ਕਰਦੇ ਹਾਂ, ਠੀਕ ਹੈ, ਜਿਹੜੀ ਸਟਾਰਟ ਹੋਣੀ ਹੈ ਕੱਲ੍ਹ ਨੂੰ। ਦੀਦੀ ਕੱਲ੍ਹ ਨੂੰ 17 ਨਾ 17, 18, 19 or 20, ਠੀਕ ਹੈ, 4 ਦਿਨਾਂ ਦੇ ਲਈ ਐਗਜ਼ੀਬਿਸ਼ਨ ਹੋਊਗੀ, ਠੀਕ ਹੈ। ਇਹਨਾਂ ਨੇ ਸੂਟਾਂ 'ਤੇ ਡਿਸਕਾਊਂਟ ਦਿੱਤਾ, ਔਰ ਸਾਡੇ ਜਿਹੜਾ ਕੰਮ ਹੈਗਾ ਉਹਦੇ ਵਿੱਚ ਜਿਹੜਾ ਡਿਸਕਾਊਂਟ ਹੈ ਉਹ ਹੋਊਗਾ ਫੇਸ਼ੀਅਲ 'ਤੇ, ਵੈਕਸਿੰਗ 'ਤੇ, ਬੋਡੀ ਮਸਾਜ, ਬੋਡੀ ਪੋਲਿਸ਼ਿੰਗ, ਇਹਨਾਂ ਸਭ 'ਤੇ ਡਿਸਕਾਊਂਟ ਹੋਊਗਾ, ਠੀਕ ਹੈ। ਦੀਦੀ ਪਹਿਲਾਂ ਤੁਸੀਂ ਆਪਣੇ ਸੂਟ ਦਿਖਾਓ ਸੋਹਣੇ ਸੋਹਣੇ। ਹਾਂਜੀ, ਹੋਰ ਲੈ ਕੇ ਆਉਣੀ, ਤੁਸੀਂ ਖੋਲ ਕੇ ਦਿਖਾਇਓ ਕਰਾਂ ਨਾ, ਮੇਰੀ ਆ ਵੀ ਦਿਖਾਓ। ਬਹੁਤ ਵਧੀਆ ਰੀਜ਼ਨੇਬਲ ਪ੍ਰਾਈਸ ਤੇ ਤੁਸੀਂ ਸਾਰੇ ਜਣੇ ਨੇ ਵਿਜ਼ਿਟ ਕਰਨਾ। ਦੀਦੀ ਤੁਸੀਂ ਆਪਣਾ ਐਡਰੈਸ ਦੱਸ ਦਿਓ ਜੀ। ਫੈਸ਼ਨ ਹਟ ਬੁਟੀਕ, ਗੁਰਦੁਆਰਾ ਸਿੰਘ ਸਰੋਵਰ ਰੋਡ, ਸ਼੍ਰੀ ਕਰਨਪੁਰ। 17, 18, 19 ਤੇ 20 ਨੂੰ ਤੁਸੀਂ ਸਭ ਨੇ ਪਹੁੰਚਣਾ। ਮੈਂ ਅੰਜੂ ਬਰਾੜ ਤੇ ਮੇਰੇ ਨਾਲ ਮੇਰੀ ਛੋਟੀ ਸਿਸਟਰ। ਕੀ ਇਹ ਵਾਲੀ ਐਗਜ਼ੀਬਿਸ਼ਨ ਹੈਗੀ ਹੈ? ਇਸ ਐਗਜ਼ੀਬਿਸ਼ਨ ਦਾ ਟਾਈਮ 9 ਤੋਂ ਲੈ ਕੇ ਸ਼ਾਮ ਦੇ, ਦੀਦੀ ਕਿੰਨੇ ਵਜੇ ਤੱਕ ਰੱਖਣਾ? ਸ਼ਾਮ ਦੇ 6 ਵਜੇ ਤੱਕ। ਸ਼ਾਮ ਦੇ 6 ਵਜੇ ਤੱਕ, ਠੀਕ ਹੈ। ਇਹ ਖੁੱਲ੍ਹਾ ਟਾਈਮ ਹੈਗਾ ਜਿਹੜੀ ਇਹ ਐਗਜ਼ੀਬਿਸ਼ਨ ਹੈਗੀ ਨਾ ਕਰਨਪੁਰ ਦੇ ਵਿੱਚ, ਠੀਕ ਹੈ। ਦੀਦੀ ਦੀ ਤੁਸੀਂ ਸ਼ੋਪ ਤੇ ਵਿਜ਼ਿਟ ਕਰਨਾ, ਨਾਲੇ ਤੁਹਾਨੂੰ ਪ੍ਰੋਪਰ ਐਡਰੈਸ ਦਾ ਪਤਾ ਲੱਗ ਜਾਊਗਾ। ਪਿਛਲੀ ਵਾਰ ਬਹੁਤ ਸਾਰੇ ਨਵੇਂ ਕਲਾਇੰਟ ਜੁੜੇ ਹੈਗੇ ਜਿਨ੍ਹਾਂ ਨੂੰ ਕਿ ਸ਼ੋਪ ਦਾ ਪਤਾ ਨਹੀਂ ਸੀਗਾ, ਬਟ ਐਗਜ਼ੀਬਿਸ਼ਨ ਤੋਂ ਜਿਹੜੇ ਬਾਰ ਬਾਰ ਸੂਟ ਪਰਚੇਜ਼ ਕਰ ਰਹੇ ਹੈਗੇ, ਤੁਸੀਂ ਸਾਰੇ ਜਣੇ ਨੇ ਇਸ ਵਾਰ ਸ਼ੋਪ ਤੇ ਵਿਜ਼ਿਟ ਕਰਨਾ ਹੈਗਾ, ਠੀਕ ਹੈ। ਸਾਡੀ ਜਿਹੜੀ ਸਰਵਿਸ ਹੈਗੀ ਇੱਦਾਂ ਕਰਨਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਜੋ ਵੀ ਸੂਟ ਵਗੈਰਾ ਦੇਖਣੇ ਆ ਪਰਚੇਜ਼ ਕਰਨੇ ਕਰਿਓ, ਉਸ ਤੋਂ ਬਾਅਦ ਨਾਲ ਹੀ ਬੈਂਚ ਮੇਕਓਵਰ ਹੈ, ਤੁਸੀਂ ਉੱਧਰ ਵਿਜ਼ਿਟ ਕਰਨਾ। ਜੋ ਵੀ ਡਿਜ਼ਾਈਨ ਕਰਨਗੇ, ਹਾਂਜੀ, ਬੈਂਚ ਫਰੋਮ ਬੈਂਚ ਮੇਕਓਵਰ, ਹਾਂਜੀ, ਜ਼ਰੂਰ ਵਿਜ਼ਿਟ ਕਰਿਓ। 17, 18, 19 ਤੇ 20 ਦਸੰਬਰ ਫੋਰ ਸਪੈਸ਼ਲ ਡਿਸਕਾਊਂਟ ਫੈਸ਼ਨ ਹਟ ਬੁਟੀਕ ਸ਼੍ਰੀ ਕਰਨਪੁਰ। ਹੋਰ ਕੋਈ ਗੱਲਬਾਤ? ਠੀਕ ਹੈ, ਔਰ ਬਹੁਤ ਸਾਰੀ ਵਰਾਇਟੀ ਹੈਗੀ ਹੈ, ਬਹੁਤ ਪਲੇਨ ਸੂਟ ਵੀ ਹੈ, ਬਹੁਤ ਪਲੇਨ ਜਿੱਦਾਂ ਕਿ ਦੁਪੱਟੇ ਵਾਈਟ ਹੈਗੇ, ਤੁਸੀਂ ਕਲਰ ਵਗੈਰਾ ਕਰਕੇ ਹੈ ਨਾ, ਅਗਰ ਡਾਈ ਵਗੈਰਾ ਕਰਨੀ ਚਾਹੁੰਦੇ ਆਪਣੀ ਚੋਇਸ ਦੇ ਅਕੋਰਡਿੰਗ, ਜਿਹੜੇ ਕਲਰ ਵਗੈਰਾ ਤੁਹਾਡਾ ਉਹ ਵੀ ਸਭ ਹੋ ਜਾਏਗਾ, ਠੀਕ ਹੈ। ਬਹੁਤ ਵਧੀਆ ਰੀਜ਼ਨੇਬਲ ਪ੍ਰਾਈਸਡ ਹੈਗੇ ਆ। ਅਗਰ ਤੁਸੀਂ ਕੁਛ ਨਵਾਂ ਪਰਚੇਜ਼ ਕਰਨਾ ਚਾਹੁੰਦੇ ਤਾਂ ਇੱਥੋਂ ਜ਼ਰੂਰ ਇੱਕ ਵਾਰ ਤੁਸੀਂ ਟਰਾਈ ਕਰ ਲਓ, ਕਿਤੇ ਬਾਹਰ ਜਾ ਕੇ ਪਰਚੇਜ਼ ਕਰਨ ਦੀ ਨੀਡ ਨਹੀਂ ਗੀ। ਆਪਣੇ ਕਰਮਪੁਰ ਦੇ ਵਿੱਚ ਵੀ ਬਹੁਤ ਵਧੀਆ ਵਧੀਆ ਵਰਾਇਟੀ ਅਵੇਲੇਬਲ ਹੈਗੀ ਆ। ਬਾਹਰੋਂ ਕਲੀਅਰ ਆਊਗਾ ਦੀਦੀ, ਆ ਦਿਖਾਇਓ ਤੁਸੀਂ, ਭਾਵੇਂ ਓਪਨ ਕਰਕੇ ਦਿਖਾ ਦੋ, ਪਨੀ ਤੁਸੀਂ ਉਧਰ ਲੈ ਜਾਓ ਕੈਮਰਾ। ਹਾਂ ਦੀਦੀ, ਤੁਸੀਂ ਓਪਨ ਕਰਕੇ ਓਪਨ ਕਰਕੇ ਦਿਖਾ ਦੋ ਚਾਹੀ ਸ਼ਰਟ। ਬੋਟਮ ਤੇ ਵੀ ਵਰਕ ਹੈ, ਬੋਟਮ ਤੇ ਵੀ ਵਰਕ ਹੈਗਾ ਆ, ਦੁਪੱਟਾ ਆ, ਔਰ ਇਹ ਇਹਦਾ ਸ਼ਰਟ ਹੈਗਾ, ਫੁੱਲ ਹੈਵੀ ਆ। ਬਹੁਤ ਵਧੀਆ ਰੀਜ਼ਨੇਬਲ ਪ੍ਰਾਈਸ ਤੇ, ਜਦੋਂ ਤੁਸੀਂ ਇੱਥੇ ਆਏ ਪ੍ਰਾਈਸ ਤੁਹਾਨੂੰ ਫੇਰ ਹੀ ਦੱਸਾਂਗੇ, ਠੀਕ ਹੈ। ਬਹੁਤ ਹੀ ਜ਼ਿਆਦਾ ਸੋਹਣੀ ਸੋਹਣੀ ਵੈਰਾਈਟੀ ਹੈ। ਤੁਸੀਂ ਸਾਨੂੰ ਆਨਲਾਈਨ ਵੀ ਤੁਸੀਂ ਵੀਡੀਓਜ਼ ਦੇਖ ਕੇ ਬਾਏ ਕਰਨਾ ਚਾਹੁੰਦੇ ਹੋ, ਤੁਸੀਂ ਸਾਨੂੰ DM ਕਰ ਸਕਦੇ ਹੋ। ਸਕਰੀਨਸ਼ਾਟ ਲੈ ਕੇ ਤੁਸੀਂ ਇਹਨਾਂ ਦੇ ਪੇਜ ਤੇ ਤੁਸੀਂ ਮੈਸੇਜ ਕਰ ਸਕਦੇ, ਤੁਹਾਨੂੰ ਪ੍ਰਾਈਸ ਵਗੈਰਾ ਜਿਹੜੀ ਫੁੱਲ ਡਿਟੇਲ ਹੈ ਮਿਲ ਜੂਗੀ, ਸਭ ਕੁਝ ਮਿਲ ਜਾਏਗਾ। ਪੈਂਟ ਵੀ ਤੁਸੀਂ ਨਹੀਂ ਦਿਖਾਓ ਕੋਈ? ਆ ਸਕਰੀਨ ਪੇਂਟ ਤੇ ਆ ਜੀ, ਆਹ ਹੈਗਾ ਜੀ ਕਸਰ ਸਿਲਕ ਦੇ ਉੱਪਰ ਆਰੀ ਹੋਇਆ ਹੋਇਆ ਆ। ਇੰਟਰਵੀਅਰ ਵੀ ਹੈਗੇ ਹਾਂ ਜੀ, ਇੰਟਰਵੀਅਰ ਵੀ ਹੈਗੇ ਆ, ਪਸ਼ਮੀਨਾ ਦੇ ਨਾਲ ਸਟਾਲ ਹੈ ਫੁੱਲ ਪਿਓਰ ਦੇ। ਤੇ ਆਪਾਂ ਰੁਕ ਜਾ, ਓਕੇ ਓਕੇ। ਨੈਕਸਟ ਜਿਹੜੀ ਆ ਵਾਲਾ ਦੁਪੱਟਾ ਵੀ ਦਿਖਾ ਦਿਓ, ਜਿਹੜਾ ਬਹੁਤ ਹੈਵੀ ਹੈਗਾ ਆ, ਬਹੁਤ ਹੈਵੀ ਦੁਪੱਟਾ ਹੈਗਾ। ਤੁਸੀਂ ਬਾਕੀ ਡਿਟੇਲ ਦੀਦੀ ਦੱਸ ਦਿਓ ਤੁਸੀਂ। ਹਾਂਜੀ, ਸ਼ਿਮਰ ਦੇ ਉੱਪਰ ਹੈ, ਹੈਂਡ ਵਰਕ ਹੋਇਆ ਹੋਇਆ ਫੁੱਲ। ਇਹ ਤੁਸੀਂ ਪਲੇਨ ਸੂਟ ਵੀ ਲੈ ਸਕਦੇ ਹੋ ਇਹਦੇ ਨਾਲ, ਤੇ ਵਰਕ ਵੀ ਕਰਵਾ ਸਕਦੇ। ਫੁੱਲ ਹੈਵੀ ਦੁਪੱਟਾ ਹੈ ਸ਼ਿਮਰ ਤੇ। ਪਿੱਛੇ ਵਾਲਿਆਂ ਦੇ ਸਾਰੇ ਵਰਕਰ ਹੈ, ਉਹਨਾਂ ਦੀ ਵੀ ਵੀਡੀਓ ਬਣਾ ਕੇ ਦਿਖਾ ਦਿਓ, ਜਿਹੜੇ ਕਿ ਬਿਹਾਈਂਡ ਦਾ ਸੀਨ ਬਹੁਤ ਜ਼ਿਆਦਾ ਕੰਮ ਕਰਦੇ ਆ, ਤਾਂ ਉਹਨਾਂ ਦੀ ਵੀ ਬਣਾ ਲਓ, ਪਿੱਛੋਂ ਵੀ ਥੋੜ੍ਹਾ ਥੋੜ੍ਹਾ ਸੀਨ ਲੈ ਲਓ।
ਦੀਦੀ ਇਹ ਸੂਟ ਦਾ ਕੀ ਸਟਫ ਹੈ, ਕੀ ਕੁਛ ਇਹਦੀ ਡਿਟੇਲ? ਇਹ ਜਾਰਜਟ ਦੇ ਉੱਪਰ ਹੈ, ਗੋਟੇ ਦਾ ਤੇ ਮਸ਼ੀਨ ਦਾ ਕੰਮ ਹੋਇਆ ਹੋਇਆ ਟਾਈ ਡਾਈ ਹੈਗਾ ਹੈ ਜੀ। ਇਹਦੇ ਨਾਲ ਦੁਪੱਟਾ ਤੁਸੀਂ ਕੰਟਰਾਸਟ ਵੀ ਲੈ ਸਕਦੇ ਹੋ। ਠੀਕ ਹੈ, ਔਰ ਇੱਕ ਆ ਵੀ ਦਿਖਾ ਦਿਓ ਨੀਚੇ ਵਾਲਾ। ਹਾਂਜੀ, ਇਹ ਸ਼ਿਮਰ ਦੇ ਉੱਪਰ ਹੈ, ਇਹਦੇ ਨਾਲ ਸ਼ਿਮਰ ਦਾ ਹੀ ਦੁਪੱਟਾ ਆ। ਤੇ ਇਹ ਹੈਗਾ ਜੀ ਟਸਰ ਸਿਲਕ ਦੇ ਉੱਪਰ, ਦੁਪੱਟੇ ਦੇ ਉੱਪਰ ਫੁੱਲ ਹੈਵੀ ਵਰਕ ਹੈ ਤੇ ਬੋਟਮ ਤੇ ਵਰਕ ਹੈ। ਇਹ ਹੈਗਾ ਜੀ ਵੈਲਵਟ ਦੇ ਉੱਪਰ, ਇਹ ਸਿਲਕ ਦੇ ਉੱਪਰ ਹੈ ਜੀ। ਪ੍ਰਿੰਟ ਹੈ ਸਾਰੇ, ਇਹਦੇ 'ਚ ਸਾਡਾ ਇੱਕ ਨਿਊ ਪਾਰਸਲ ਹੋਰ ਵੀ ਆ ਰਿਹਾ ਆ। ਉਹਦੇ 'ਚ ਤੁਸੀਂ ਆਲ ਓਵਰ ਪਲੇਨ ਮੈਚਿੰਗ ਨਾਲ ਲੈਣਾ ਚਾਹੋ ਤਾਂ ਮੈਚਿੰਗ ਨਾਲ ਵੀ ਮਿਲ ਜੂਗਾ ਤੁਹਾਨੂੰ, ਅਤੇ ਤੁਸੀਂ ਆ ਕੇ ਜ਼ਰੂਰ ਵਿਜਿਟ ਕਰੋ। ਥੈਂਕ ਯੂ। ਹਾਂਜੀ, ਆਹ ਬੈੱਡ ਸ਼ੀਟ ਹੈ ਜੀ, ਐਵੇਂ ਆਹ ਬੈੱਡ ਕਵਰ ਆ, ਇਹਦੇ ਨਾਲ ਪਿੱਲੋ ਕਵਰ ਹੈ ਤੇ ਇਹ ਰਿਵਰਸੇਬਲ ਹੈ, ਤੁਸੀਂ ਦੋਨੋਂ ਸਾਈਡ ਯੂਜ ਕਰ ਸਕਦੇ ਹੋ। ਕਿੰਗ ਸਾਈਜ਼ ਹੈ, ਬਹੁਤ ਵਧੀਆ ਸਟੱਫ ਹੈ। ਕਿੰਗ ਸਾਈਜ਼ ਹੈ, ਬਹੁਤ ਵਧੀਆ ਸਟੱਫ ਹੈ, ਵਿੰਟਰ ਦੇ ਹਿਸਾਬ ਨਾਲ ਵੀ ਚੱਲਣ ਵਾਲਾ ਆ ਤੇ ਰਿਵਰਸੇਬਲ ਹੈ, ਦੋਨੋਂ ਸਾਈਡ ਬਹੁਤ ਸੋਹਣਾ ਪ੍ਰਿੰਟ, ਦੋਨੋਂ ਸਾਈਡ ਤੋਂ ਵਿਛਾ ਸਕਦੇ ਹਾਂ, ਬਹੁਤ ਜ਼ਿਆਦਾ ਵਧੀਆ ਸਟੱਫ ਹੈ, ਯੂਜ਼ ਵੀ ਹੈਗਾ। ਮੇਰੀ ਚੱਕ ਲਿਆ ਦੀਦੀ ਜਿਹੜੀ ਮੈਨੂੰ ਦੇਣੀ ਆ, ਬਹੁਤ ਵਧੀਆ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਸੰਦੀਪ ਫਰੋਮ ਬੈਂਸ ਮੇਕਓਵਰ। ਆਪਾਂ ਇੱਕ ਐਗਜੀਬਿਸ਼ਨ ਅਰੇਂਜ ਕਰ ਰਹੇ ਹਾਂ, ਠੀਕ ਹੈ, 4 ਦਿਨਾਂ ਦੀ ਐਗਜੀਬਿਸ਼ਨ ਹੋਊਗੀ, 17, 18, 19, 20, ਠੀਕ ਹੈ। ਮੇਰੇ ਨਾਲ ਹੈਗੇ ਅੰਜੂ ਦੀਦੀ, ਉਹਨਾਂ ਨੇ ਸੂਟਾਂ ਦੇ ਸਪੈਸ਼ਲ ਡਿਸਕਾਊਂਟ ਰੱਖਿਆ, ਬਹੁਤ ਹੀ ਸੋਹਣੇ ਸੋਹਣੇ ਸੂਟ ਆ, ਜ਼ਰੂਰ ਵਿਜ਼ਿਟ ਕਰਨਾ ਹੈਗਾ, ਠੀਕ ਹੈ। ਐਡਰੈਸ ਪ੍ਰੋਪਰ ਕਰਨਪੁਰ ਦਾ ਰਹੂਗਾ, ਠੀਕ ਆ। ਮੇਰੀ ਜਿਹੜੀ ਸ਼ੋਪ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਆ ਬੈਂਸ ਮੇਕਓਵਰ 'ਤੇ, ਤੁਹਾਨੂੰ ਡਿਸਕਾਊਂਟ ਮਿਲੂਗਾ, ਫੇਸ਼ੀਅਲ 'ਤੇ ਡਿਸਕਾਊਂਟ ਮਿਲੂਗਾ, ਨੈਕਸਟ ਵੈਕਸਿੰਗ ਵਗੈਰਾ 'ਤੇ ਤੁਹਾਨੂੰ ਡਿਸਕਾਊਂਟ ਮਿਲੂਗਾ, ਬੋਡੀ ਪੋਲਿਸ਼ਿੰਗ, ਠੀਕ ਹੈ, ਜਿੱਦਾਂ ਕਿ ਮਸਾਜ ਵਗੈਰਾ ਸਾਰਿਆਂ 'ਤੇ ਤੁਹਾਨੂੰ ਡਿਸਕਾਊਂਟ ਮਿਲੂਗਾ, ਠੀਕ ਹੈ। ਤੁਸੀਂ ਸਾਡੀ ਸ਼ੋਪ 'ਤੇ ਵਿਜ਼ਿਟ ਕਰ ਸਕਦੇ ਹਾਂ, ਠੀਕ ਹੈ। ਅਗਰ ਫੇਸ਼ੀਅਲ ਵਗੈਰਾ, ਬੋਡੀ ਮਸਾਜ, ਇਹ ਸਭ ਤੁਸੀਂ ਕਰਾਉਣ ਦੇ ਵਿੱਚ ਇੰਟਰਸਟਿਡ ਹੈਗੇ ਤਾਂ ਬਹੁਤ ਹੀ ਵਧੀਆ ਡਿਸਕਾਊਂਟ ਆ। ਅਗਰ ਤੁਸੀਂ ਵੈਕਸ ਵਗੈਰਾ ਕਰਾਉਣਾ ਚਾਹੁੰਦੇ ਹੋ ਤਾਂ ਵੈਕਸ ਵਗੈਰਾ ਦੇ ਪ੍ਰਾਈਸ ਦੇ ਵਿੱਚ ਹਾਫ ਰੇਟ ਆਪਾਂ ਰੱਖੇ ਹੋਏ ਆ, ਠੀਕ ਹੈ। ਇਹ ਜਿਹੜੀ ਸਾਰੀਆਂ ਸਰਵਿਸ 'ਤੇ ਡਿਸਕਾਊਂਟ ਹੈ, ਸਿਰਫ 17, 18, 19, 20, 4 ਦਿਨਾਂ ਦੇ ਲਈ ਰਹੂਗਾ, ਠੀਕ ਹੈ। ਔਰ ਸਭ ਤੋਂ ਪਹਿਲਾਂ ਤੁਸੀਂ ਵਿਜ਼ਿਟ ਕਰਨਾ ਫੈਸ਼ਨ ਹੱਟ ਬੁਟੀਕ, ਠੀਕ ਹੈ, ਜਿਹੜੀ ਕਿ ਦਿੰਗੜੇ ਮੱਕੜ ਵਾਲੀ ਸ਼ੋਪ ਉਹਨਾਂ ਦੇ ਬਿਲਕੁਲ ਸਾਹਮਣੇ ਹੈਗੀ ਹੈ, ਠੀਕ ਹੈ। ਸੋ ਫੈਸ਼ਨ ਹੱਟ ਬੁਟੀਕ, ਅਗਰ ਤੁਸੀਂ ਸੂਟ ਵਗੈਰਾ ਪਰਚੇਜ਼ ਕਰਨ ਦੇ ਵਿੱਚ ਇੰਟਰਸਟਿਡ ਹੈ ਤਾਂ ਤੁਸੀਂ ਉੱਥੇ ਵਿਜ਼ਿਟ ਕਰਨਾ ਹੈਗਾ, ਔਰ ਨਾਲ ਹੀ ਆਪਣੇ ਬੈਂਸ ਮੇਕਓਵਰ ਹੈ ਬਿਹਾਈਂਡ ਗੁਰਦੁਆਰਾ ਸਿੰਘ ਸਭਾ, ਸੋ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ। ਬਾਕੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਤੁਸੀਂ ਮੇਰਾ ਨੰਬਰ ਨੋਟ ਕਰ ਸਕਦੇ ਹੋ, 7976989815, ਇਸ ਨੰਬਰ 'ਤੇ ਕਾਲ ਕਰਕੇ ਜ਼ਿਆਦਾ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ। ਬਾਕੀ ਤੁਸੀਂ ਵਿਜ਼ਿਟ ਕਰਨਾ, ਇਹ 4 ਦਿਨ ਬਹੁਤ ਹੀ ਵਧੀਆ ਡਿਸਕਾਊਂਟ ਰਹੂਗਾ। ਥੈਂਕ ਯੂ ਸੋ ਮੱਚ ਐਵਰੀਵਨ ਫੋਰ ਵਾਚਿੰਗ।